ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਸਿੱਖ ਪ੍ਰਚਾਰਕ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ 'ਤੇ ਹੋਏ ਹਮਲੇ ਤੋਂ ਬਾਅਦ ਸਾਰੇ ਹੀ ਸਿੱਖ ਬੁੱਧੀਜੀਵੀ ਅਤੇ ਸਿੱਖ ਪ੍ਰਚਾਰਕ ਬਹੁਤ ਗੁੱਸੇ ਵਿੱਚ ਨੇ ਅਤੇ ਇਸ ਘਟਨਾ ਦੀ ਕੜੀ ਨਿੰਦਾ ਕਰ ਰਹੇ ਨੇ। ਆਓ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਕਿ ਭਾਈ ਪੰਥਪ੍ਰੀਤ ਸਿੰਘ ਜੀ ਨੇ ਕੀ ਕਿਹਾ। ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਦੁੱਖ ਅਤੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸਿੱਖ ਕੌਮ ਆਪਸੀ ਖਾਨਾ ਜੰਗੀ ਵੱਲ ਨੂੰ ਵੱਧਦੀ ਜਾ ਰਹੀ ਹੈ। ਕਿਸੇ ਦੀ ਦਸਤਾਰ ਨੂੰ ਹੱਥ ਪਾਉਣਾ ਸਿੱਖਾਂ ਦਾ ਕੰਮ ਨਹੀਂ ਹੋ ਸਕਦਾ, ਇਹ ਗੁੰਡਿਆਂ ਦਾ ਕੰਮ ਹੋ ਸਕਦਾ। ਜਿਨ੍ਹਾਂ ਨੇ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੀ ਦਸਤਾਰ ਨੂੰ ਹੱਥ ਪਾਇਆ, ਇਹ ਗੁੰਡੇ ਹੋ ਸਕਦੇ ਨੇ, ਗੁਰੂ ਕੇ ਸਿੱਖ ਨਹੀਂ ਹੋ ਸਕਦੇ। ਇਸ ਨੂੰ ਅਸੀਂ ਗੁੰਡਾਗਰਦੀ ਕਰਾਰ ਦਿੰਦੇ ਹਾਂ। ਅਤੇ ਮੈਂ ਪ੍ਰਬੰਧਕਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ, ਇਸ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਇਸ ਗੁੰਡਾਗਰਦੀ ਦੇ ਖਿਲਾਫ ਉਸੇ ਤਰ੍ਹਾਂ ਹੀ ਸਖ਼ਤ ਐਕਸ਼ਨ ਲੈਣਾ ਚਾਹੀਦਾ ਜਿਸ ਤਰ੍ਹਾਂ ਦਾ ਐਕਸ਼ਨ ਸਿੰਘ ਸਭਾ ਫਰੈਂਕਫਰਟ ਜਰਮਨੀ ਵਾਲਿਆਂ ਨੇ ਲਿਆ ਸੀ। ਇਸ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਇਸ ਗੁੰਡਾਗਰਦੀ ਦੇ ਖਿਲਾਫ ਸਖ਼ਤ ਐਕਸ਼ਨ ਲੈਣਾ ਚਾਹੀਦਾ, ਕਿਉਂਕਿ ਜੇ ਗੁਰਦੁਆਰਿਆਂ ਦੇ ਵਿੱਚ ਇੱਦਾਂ ਦੀ ਗੁੰਡਾਗਰਦੀ ਹੁੰਦੀ ਹੈ ਤਾਂ ਸਾਡੇ ਧੀ ਪੁੱਤ ਸਾਡੇ ਬੱਚੇ ਵੀ ਸਿੱਖੀ ਤੋਂ ਮੁਨਕਰ ਹੋਣਗੇ, ਉਹ ਵੀ ਗੁਰਦੁਆਰੇ ਆਉਣ ਵਾਸਤੇ ਤਿਆਰ ਨਹੀਂ ਹੋਣਗੇ। ਕਿ ਗੁਰਦੁਆਰਿਆਂ ਦੇ ਵਿੱਚ ਤਾਂ ਦਸਤਾਰਾਂ ਲੈਣਗੇ, ਲੜਾਈਆਂ ਹੁੰਦੀਆਂ, ਅਸੀਂ ਗੁਰਦੁਆਰੇ ਕੀ ਲੈਣ ਜਾਣਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਆਉਣ ਵਾਲੇ ਬੱਚੇ ਸਿੱਖੀ ਨਾਲ ਜੁੜਨ, ਸਾਡੇ ਮਹਾਨ ਵਿਰਸੇ ਨਾਲ ਜੁੜਨ, ਅਸੀਂ ਜੁੜ ਗਏ ਤਾਂ ਇਹ ਗੁਰਦੁਆਰਿਆਂ ਦੇ ਵਿੱਚੋਂ ਇੱਦਾਂ ਦੀ ਗੁੰਡਾਗਰਦੀ ਨੂੰ ਰੋਕਣ ਵਾਸਤੇ ਸਿਹਤ ਤੋਂ ਛੇਤੀ ਸਖ਼ਤ ਫੈਸਲੇ ਲੈਣੇ ਚਾਹੀਦੇ ਹੈ। ਪੰਥਪ੍ਰੀਤ ਜੀ ਨੇ ਬਿਲਕੁਲ ਸਹੀ ਕਿਹਾ ਕਿ ਅਗਰ ਗੁਰੂ ਘਰਾਂ ਦੇ ਵਿੱਚ ਪ੍ਰਚਾਰਕਾਂ ਦੀਆਂ ਇਵੇਂ ਦਸਤਾਰਾਂ ਉਤਰਨਗੀਆਂ, ਇਵੇਂ ਦਸਤਾਰਾਂ ਦੀ ਬੇਅਦਬੀ ਹੋਵੇਗੀ ਤਾਂ ਕੱਲ੍ਹ ਨੂੰ ਸਾਡੇ ਆਪਣੇ ਬੱਚੇ ਗੁਰੂ ਘਰਾਂ ਦੇ ਵਿੱਚ ਜਾਣ ਤੋਂ ਇਨਕਾਰ ਕਰਨਗੇ। ਹੁਣ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਰ ਇਸ ਸਾਰੇ ਘਟਨਾਕ੍ਰਮ ਉੱਤੇ ਕੀ ਕਿਹਾ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਅੰਦਰ ਵੱਸਦੀ ਸਿੱਖ ਕੌਮ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਨੇ ਵਿਸ਼ਵ ਭਰ ਅੰਦਰ। ਜਿਵੇਂ ਅੱਜ ਹੀ ਮੈਂ ਖਬਰ ਦੇਖੀ ਹੈ ਕਿ ਸਰਦਾਰ ਨਵਦੀਪ ਸਿੰਘ ਬੈਂਸ, ਜਿਹੜੇ ਕਿ ਕੈਨੇਡਾ ਦੇ ਅੰਦਰ ਮੰਤਰੀ ਨੇ, ਲੇਕਿਨ ਉਹਨਾਂ ਦੀ ਅਮੈਰੀਕਾ ਦੇ ਇੱਕ ਹਵਾਈ ਅੱਡੇ ਉੱਪਰ ਤਲਾਸ਼ੀ ਦੌਰਾਨ ਦਸਤਾਰ ਲਾ ਦਿੱਤੀ ਗਈ ਔਰ ਤਲਾਸ਼ੀ ਲਈ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ ਸਾਡਾ ਦਿਲ ਦੁਖਦਾ, ਲੇਕਿਨ ਦੂਸਰੇ ਪਾਸੇ ਜਦੋਂ ਅਸੀਂ ਇੱਕ ਦੂਸਰੇ ਦੀਆਂ ਆਪ ਦਸਤਾਰਾਂ ਲਾਉਂਦੇ ਹਾਂ ਤਾਂ ਉਸ ਦੇ ਨਾਲ ਕਿੰਨੀ ਹਾਸੋਹੀਣੀ ਸਥਿਤੀ ਬਣਦੀ ਹੈ ਔਰ ਕਿੰਨਾ ਦੁੱਖ ਲੱਗਦਾ ਔਰ ਸਾਡੀ ਨੌਜਵਾਨ ਪੀੜ੍ਹੀ ਦੇ ਉੱਤੇ ਕਿੰਨਾ ਮਾੜਾ ਅਸਰ ਜਾਂਦਾ, ਇਹ ਸੋਚਣ ਵਾਲੀ ਗੱਲ ਹੈ। ਬੀਤੇ ਦਿਨੀ ਸਾਊਥ ਹਾਲ ਗੁਰਦੁਆਰਾ ਸਾਹਿਬ ਵਿਖੇ ਭਾਈ ਅਮਰੀਕ ਸਿੰਘ ਜਿਹੜੇ ਪ੍ਰਚਾਰਕ ਨੇ ਉਹਨਾਂ ਦੀ ਦਸਤਾਰ ਨੂੰ ਹੱਥ ਪਾਇਆ ਗਿਆ, ਉਹਨਾਂ ਦੀ ਕੁੱਟਮਾਰ ਕੀਤੀ ਗਈ, ਉਹਨਾਂ ਦੀ ਦਸਤਾਰ ਲਾਈ ਗਈ, ਜੋ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ। ਲੇਕਿਨ ਮੇਰੀ ਬੇਨਤੀ ਹੈ ਕਿ ਸਾਡੀ ਜਦ ਤੱਕ ਰਹਿਤ ਮਰਜ਼ਾਦਾ ਇੱਕ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਬਹੁਤ ਸਾਰੇ ਮਸਲਿਆਂ 'ਤੇ ਅਸੀਂ ਇੱਕਮਤ ਨਹੀਂ ਹੋ ਸਕਦੇ। ਗੁਰਬਾਣੀ ਤੋਂ ਬਿਨਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਗ੍ਰੰਥ ਨੇ ਜਿਨ੍ਹਾਂ 'ਚ ਦਸਮ ਗ੍ਰੰਥ ਵੀ ਹੈਗਾ ਔਰ ਵਿਚਿੱਤਰ ਨਾਟਕ ਤੋਂ ਲੈ ਕੇ ਕਈ ਹੋਰ ਇਸ ਤਰ੍ਹਾਂ ਦੀ ਸਾਡੇ ਕੋਲ ਧਾਰਮਿਕ ਪੁਸਤਕਾਂ ਹੈਗੀਆਂ ਨੇ ਜਿਨ੍ਹਾਂ ਨੂੰ ਲੈ ਕੇ ਵਾਦ ਵਿਵਾਦ ਚੱਲਦਾ ਆ ਰਿਹਾ ਹੈ। ਲੇਕਿਨ ਮੈਂ ਪ੍ਰਚਾਰਕਾਂ ਨੂੰ ਵੀ ਬੇਨਤੀ ਕਰਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਤੋਂ ਬਗੈਰ ਹੋਰ ਕਿਸੇ ਵੀ ਮਸਲੇ ਦੇ ਉੱਪਰ ਸਾਨੂੰ ਜਿਹੜੀ ਵਿਚਾਰ ਇਸ ਤਰ੍ਹਾਂ ਦੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਸਾਡੇ ਵਿਰੋਧੀ ਵਿਚਾਰਾਂ ਵਾਲੇ ਜਿਹੜੇ ਨੇ ਵੀਰ ਉਹ ਇਸ ਗੱਲ ਨੂੰ ਲੈ ਕੇ ਸਾਡੇ
ਉੱਪਰ ਹਮਲਾ ਕਰਨ ਜਾਂ ਇੱਕ ਦੂਸਰੇ ਨਾਲ ਕੁੱਟਮਾਰ ਦੀ ਨੌਬਤ ਆਵੇ। ਸੋ ਮੇਰੀ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਮਾੜੀ ਘਟਨਾ ਨਾ ਵਾਪਰੇ। ਉਸ ਲਈ ਸਾਨੂੰ ਸਾਰਿਆਂ ਨੂੰ ਸੰਜਮ ਵਰਤਣਾ ਚਾਹੀਦਾ ਔਰ ਦਮਦਮੀ ਟਕਸਾਲ ਅਖੰਡ ਕੀਰਤਨੀ ਜਥਾ ਨਿਹੰਗ ਸਿੰਘ ਜਥੇਬੰਦੀਆਂ ਜਾਂ ਦੂਸਰੇ ਪਾਸੇ ਜਿਹੜੇ ਮਿਸ਼ਨਰੀ ਹੈਗੇ ਨੇ ਵੀਰ, ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਕਿ ਦਸਤਾਰ ਜਿਹੜੀ ਹੈ ਸਿੱਖ ਕੌਮ ਦੀ ਆਣ ਮਾਣ ਅਤੇ ਸ਼ਾਨ ਦੀ ਪ੍ਰਤੀਕ ਹੈ। ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਦਸਤਾਰ ਦੀ ਚੜ੍ਹਦੀ ਕਲਾ ਵਾਸਤੇ ਔਰ ਦੁਨੀਆ ਦੇ ਵਿੱਚ ਸਿੱਖ ਕੌਮ ਦਾ ਜਿਹੜਾ ਨਿਆਰਾਪਣ ਹੈ ਉਸ ਨੂੰ ਅਸੀਂ ਹੋਰ ਬੁਲੰਦੀਆਂ ਤੱਕ ਲਿਜਾ ਸਕੀਏ। ਉਸ ਲਈ ਸਾਨੂੰ ਸਾਂਝੇ ਕਾਰਜ ਕਰਨੇ ਚਾਹੀਦੇ ਨੇ ਔਰ ਇੱਕ ਦੂਜੇ ਪ੍ਰਤੀ ਸੋਸ਼ਲ ਮੀਡੀਆ ਦੇ ਉੱਪਰ ਨਿੰਦਣਯੋਗ ਭਾਸ਼ਾ ਔਰ ਇੱਕ ਦੂਸਰੇ ਉੱਪਰ ਗਲਤ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ। ਇਹ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ, ਸਾਰੀਆਂ ਭੈਣਾਂ ਨੂੰ, ਬਜ਼ੁਰਗਾਂ ਨੂੰ, ਸਾਡੇ ਬੱਚਿਆਂ ਨੂੰ ਇਹ ਬੇਨਤੀ ਪ੍ਰਵਾਨ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਘਟਨਾ ਨੂੰ ਲੈ ਕੇ ਸਾਰੇ ਹੀ ਸਿੱਖ ਬੁੱਧੀਜੀਵੀ ਇੱਕਜੁੱਟ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਇਹ ਘਟਨਾ ਕਿਸੇ ਪਾਸਿਓਂ ਵੀ ਹਲਕੇ ਵਿੱਚ ਲੈਣ ਦੀ ਨਹੀਂ ਹੈ। ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਹੀ ਘੱਟ ਹੈ। ਤੇ ਆਓ ਹੁਣ ਸੁਣਦੇ ਹਾਂ ਇੱਕ ਹੋਰ ਸਿੰਘ ਨੇ ਕੀ ਕਿਹਾ ਇਸ ਸਾਰੀ ਘਟਨਾ ਦੇ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹੀ ਸਾਧ ਸੰਗਤਾਂ ਨੂੰ ਦਾਸ ਵੱਲੋਂ ਬੁਲਾਈ ਹੋਈ ਗੁਰਪਤੇ ਪ੍ਰਵਾਨ ਹੋਵੇ ਜੀ। ਜੋ ਅੱਜ ਸਵੇਰੇ ਉੱਠਦਿਆਂ ਸਾਰੀ ਸੋਸ਼ਲ ਮੀਡੀਆ ਦੇ ਉੱਪਰ ਖਬਰ ਦੇਖੀ ਹੈ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਜੋ ਪੰਥ ਦੇ ਮਹਾਨ ਵਿਦਵਾਨ ਪ੍ਰਚਾਰਕ ਨੇ, ਉਹਨਾਂ ਦੇ ਉੱਪਰ ਕੁਝ ਖਾਲੀ ਦਿਮਾਗ ਵਾਲੇ ਗੁੰਡਾ ਅਨਸਰਾਂ ਵੱਲੋਂ ਜਿਹੜੇ ਹੈ ਤੇ ਭਾਵੇਂ ਸਿੱਖੀ ਦੇ ਭੇਸ ਵਿੱਚ ਹੀ ਪਰ ਸਮੇਂ ਸਮੇਂ ਉੱਤੇ ਆਪਣਾ ਫਰਜ਼ ਸਮਝਦੇ ਨੇ ਵੀ ਜਿਹੜੇ ਪ੍ਰਚਾਰਕ ਤੱਤ ਗੁਰਮਤ ਦਾ ਪ੍ਰਚਾਰ ਕਰ ਰਹੇ ਨੇ ਉਹਨਾਂ ਦਾ ਵਿਰੋਧ ਕੀਤਾ ਜਾਵੇ। ਉਹਨਾਂ ਮਨੁੱਖਾਂ ਵੱਲੋਂ ਭਾਈ ਅਮਰੀਕ ਸਿੰਘ ਚੰਡੀਗੜ੍ਹ ਉੱਪਰ ਬੜਾ ਕਾਇਰਾਨਾ ਹਮਲਾ ਕੀਤਾ ਗਿਆ ਸਾਊਥ ਹਾਲ ਗੁਰਦੁਆਰਾ ਸਾਹਿਬ ਦੇ ਵਿੱਚ। ਸੋ ਸਮੂਹੀ ਸਾਧ ਸੰਗਤਾਂ ਨੂੰ ਭਾਈ ਬੇਨਤੀ ਹੈ, ਕੁਝ ਮੈਂ ਵਿਚਾਰਾਂ ਕਰਨੀਆਂ ਚਾਹੁੰਦਾ ਸੀ ਵੀ ਦੇਖੋ ਅੱਜ ਤੱਕ ਅਸੀਂ ਇਹ ਸੋਚਦੇ ਸੀ ਜਾਂ ਇਹ ਸਮਝਦੇ ਰਹੇ ਹਾਂ ਵੀ ਇਹਨਾਂ ਕੁਝ ਕੁ ਪ੍ਰਚਾਰਕਾਂ ਦਾ ਕਿਸੇ ਸੰਪਰਦਾ ਦੇ ਨਾਲ, ਕਿਸੇ ਸੰਸਥਾ ਦੇ ਨਾਲ ਕੋਈ ਵੀ ਖਾਸ ਰੌਲਾ ਹੋਏਗਾ। ਵੈਸੇ ਸਹੀ ਗੱਲ, ਸਹੀ ਗੁਰਮਤ ਦੀ ਪਹਿਚਾਣ ਰੱਖਣ ਵਾਲੇ ਗੁਰਮੁਖ ਤਾਂ ਇਹ ਗੱਲ ਨੂੰ ਲੰਮੇ ਸਮੇਂ ਤੋਂ ਹੀ ਸਮਝ ਰਹੇ ਨੇ ਵੀ ਇਹਨਾਂ ਮਨੁੱਖਾਂ ਦੇ ਨਾਲ ਕਿਸੇ ਪ੍ਰਚਾਰਕ ਦੀ ਕੋਈ ਪਰਸਨਲ ਲੜਾਈ ਨਹੀਂ, ਇਹਨਾਂ ਮਨੁੱਖਾਂ ਦੇ ਨਾਲ ਕਿਸੇ ਵੀ ਕੋਈ ਪ੍ਰਚਾਰਕ ਦਾ ਪਰਸਨਲ ਹਮਲਾ ਨਹੀਂ ਜਾਂ ਪਰਸਨਲ ਕੋਈ ਉਹਨਾਂ ਦਾ ਆਪਣਾ ਮਾਮਲਾ ਨਹੀਂ ਵੀ ਜਿਹਨੂੰ ਉਹ ਲੋਕਾਂ ਦੇ ਵਿੱਚ ਜਾਂ ਸੰਗਤ ਵਿੱਚ ਸੁਲਝਾਉਣਾ ਚਾਹੁੰਦੇ ਨੇ। ਇਹਨਾਂ ਲੋਕਾਂ ਦੇ ਨਾਲ ਜੋ ਮਾਮਲਾ ਹੈ ਇੱਕ ਪੰਥਿਕ ਸੋਚ, ਪੰਥਿਕ ਮਰਿਆਦਾ, ਇੱਕ ਗ੍ਰੰਥ, ਇੱਕ ਪੰਥ ਦੇ ਸਿਧਾਂਤ ਨੂੰ ਲੈ ਕੇ ਇੱਕ ਜਿਹੜਾ ਵਿਰੋਧ ਇਹਨਾਂ ਪ੍ਰਚਾਰਕਾਂ ਔਰ ਇਸ ਟਕਸਾਲੀ ਧਿਰ ਕਹਿ ਲਓ ਜਾਂ ਸੰਪਰਦਾਇ ਲੋਕਾਂ ਦੇ ਵਿਚਕਾਰ ਚੱਲ ਰਿਹਾ ਹੈ। ਪਿਛਲੇ ਸਾਲਾਂ ਤੋਂ ਤਕਰੀਬਨ ਅਸੀਂ ਜੇਕਰ ਦੇਖੀਏ, ਪਹਿਲਾਂ ਭਾਈ ਰਣਜੀਤ ਸਿੰਘ ਜੀ ਉੱਪਰ ਹਮਲਾ ਹੁੰਦਾ, ਭਾਈ ਪੰਥਪ੍ਰੀਤ ਸਿੰਘ ਉੱਪਰ ਹਮਲਾ ਕੀਤਾ ਜਾਂਦਾ, ਭਾਈ ਸਰਬਜੀਤ ਸਿੰਘ ਧੁੰਦਾ ਜੀ ਹੁਣਾਂ ਦੇ ਉੱਪਰ ਵੀ ਕਈ ਵਾਰ ਇੱਦਾਂ ਦੇ ਕੋਸ਼ਿਸ਼ ਕੀਤੇ ਗਏ ਜਾਂ ਹੋਰ ਵੀ ਪ੍ਰਚਾਰਕਾਂ ਦੇ ਉੱਤੇ ਹਮਲੇ ਹੁੰਦੇ ਨੇ। ਉਸੇ ਲੜੀ ਤਹਿਤ ਹੁਣ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਨੇ ਜਿਹੜੇ ਇਹਨਾਂ ਨੂੰ ਜਿੱਥੋਂ ਤੱਕ ਮੈਂ ਜਾਣਦਾ ਜਾਂ ਮੈਂ ਸੁਣਿਆ ਹੋਇਆ, ਇੱਕ ਬਹੁਤ ਹੀ ਸੁਹਿਰਦ ਠੰਡੇ ਦਿਮਾਗ ਵਾਲੇ ਪ੍ਰਚਾਰਕ ਨੇ, ਕਦੇ ਤਲਖੀ ਦੇ ਵਿੱਚ ਕਿਸੇ ਦੇ ਨਾਲ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ।
ਹਮੇਸ਼ਾ ਹੀ ਸਿਧਾਂਤਾਂ ਨੂੰ ਅੱਗੇ ਰੱਖ ਕੇ ਗੱਲ ਕਰਨ ਵਾਲੇ, ਪਰ ਕਮਾਲ ਦੀ ਗੱਲ ਵੀ ਇੱਦਾਂ ਦੇ ਪ੍ਰਚਾਰਕ ਦੀ ਦਸਤਾਰ ਨੂੰ ਲਾਉਣ ਨੂੰ ਪੈਣਾ। ਇੱਦਾਂ ਦਾ ਪ੍ਰਚਾਰਕ ਹੈ ਜਿਹੜਾ ਇੱਦਾਂ ਦੇ ਸੁਹਿਰਦ ਪ੍ਰਚਾਰਕ ਦੀ ਦਸਤਾਰ ਨੂੰ ਹੱਥ ਪਾਉਣਾ ਸਿਰੇ ਦੀ ਬੇਵਕੂਫੀ ਹੈ, ਇੱਦੋਂ ਵੱਧ ਕੇ ਹੋਰ ਕੁਝ ਨਹੀਂ ਹੋ ਸਕਦਾ। ਕਿਉਂਕਿ ਜਦੋਂ ਇਤਿਹਾਸ ਦੀ ਗੱਲ ਅਸੀਂ ਕਰਦੇ ਹਾਂ, ਗੱਲ ਤਾਂ ਅਸੀਂ ਕਰਦੇ ਹਾਂ ਜੀ ਸਾਡੀ ਸੰਪਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਸ਼ੁਰੂ ਹੋਈ ਹੈ, ਅਸੀਂ ਉਹਨਾਂ ਸਿਧਾਂਤਾਂ ਨੂੰ ਹੀ ਮੰਨਦੇ ਹਾਂ ਜਿਹੜੇ ਸਿਧਾਂਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਲਾਏ ਸੀ। ਅਤੇ ਮਹਾਰਾਜ ਜੀ ਨੇ ਤਾਂ ਸ਼ਰੇ ਆਮ ਸਿੱਖ ਨੂੰ ਇਹ ਗੱਲ ਸਮਝਾਈ ਹੋਈ ਹੈ ਵੀ ਜੇਕਰ ਤੁਹਾਡਾ ਕੋਈ ਵਿਰੋਧੀ ਵੀ ਹੈ, ਜੰਗ ਦੇ ਮੈਦਾਨ ਵਿੱਚ ਲੜ ਰਹੇ ਹੋ, ਕਿਉਂਕਿ ਅਸੀਂ ਬੱਚਿਆਂ ਨੂੰ ਇਹ ਇਤਿਹਾਸ ਸੁਣਾ ਰਹੇ ਹਾਂ, ਆਪ ਕਹਿ ਰਹੇ ਹਾਂ ਵੀ ਇਹ ਇਤਿਹਾਸ ਨੂੰ ਸੁਣ ਕੇ ਮੰਨਿਆ ਜਾਏ ਵੀ ਜੇਕਰ ਤੁਹਾਡਾ ਕੋਈ ਵਿਰੋਧੀ ਵੀ ਹੈ, ਜੇ ਜੰਗ ਦੇ ਮੈਦਾਨ ਵਿੱਚ ਲੜਦਿਆਂ ਸਮੇਂ ਉਹਦੀ ਦਸਤਾਰ ਲਹਿ ਜਾਂਦੀ ਸੀ ਅਤੇ ਸਿੱਖ ਸੈਨਾ ਆਪਣਾ ਹਥਿਆਰ ਰੋਕ ਕੇ ਇਹ ਗੱਲ ਕਹਿੰਦੀ ਸੀ ਵੀ ਪਹਿਲਾਂ ਭਾਈ ਆਪਣੀ ਦਸਤਾਰ ਸੰਭਾਲ ਲੈ, ਆਪਣੀ ਇੱਜ਼ਤ ਸੰਭਾਲ ਲੈ, ਉਸ ਤੋਂ ਬਾਅਦ ਆਪਾਂ ਜੰਗ ਕਰਾਂਗੇ, ਮੈਂ ਤੇਰੀ ਇੱਜ਼ਤ ਲਾਉਣ ਦੇ ਲਈ ਜੰਗ ਦੇ ਮੈਦਾਨ ਵਿੱਚ ਨਹੀਂ ਆਇਆ, ਮੈਂ ਜੰਗ ਦੇ ਮੈਦਾਨ ਵਿੱਚ ਹਾਂ ਲੜਨ ਆਇਆ ਤੇਰੇ ਨਾਲ, ਉਹ ਆਪਣਾ ਸਿਧਾਂਤਕ ਮਸਲਾ ਹੈ, ਪਰ ਤੇਰੀ ਇੱਜ਼ਤ ਨੂੰ ਲਾਉਣ ਦੇ ਲਈ ਮੈਂ ਜੰਗ ਦੇ ਮੈਦਾਨ ਵਿੱਚ ਨਹੀਂ ਆਇਆ। ਜਿਹੜੇ ਮਨੁੱਖ ਅੱਜ ਇੱਦਾਂ ਪ੍ਰਚਾਰਕਾਂ ਦੀ ਇੱਜ਼ਤ ਨੂੰ ਪੱਗ, ਕਿਉਂਕਿ ਮਨੁੱਖ ਦੀ ਇੱਜ਼ਤ ਸ਼ਰੇਆਮ ਹੱਥ ਪਾਉਂਦੇ ਹੋਣ, ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਕਿਹੜੇ ਮੂੰਹ ਦੇ ਨਾਲ ਕਿਹਾ ਜਾਵੇ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਨੇ, ਨਹੀਂ ਹੋ ਸਕਦੇ। ਗੁਰੂ ਪਿਆਰਿਓ, ਧਰਤੀ ਚਾਹੇ ਦੇਸ਼ ਦੀ ਹੋਵੇ ਜਾਂ ਵਿਦੇਸ਼ ਦੀ, ਸਿੱਖ ਪ੍ਰਚਾਰਕ ਜਿੱਥੇ ਵੀ ਜਾ ਕੇ ਨਿਰੋਲ ਸਿੱਖੀ ਦਾ ਪ੍ਰਚਾਰ ਕਰਦਾ ਹੈ, ਅਜਿਹੇ ਪ੍ਰਚਾਰਕ ਉੱਤੇ ਅਗਰ ਹਮਲੇ ਹੁੰਦੇ ਨੇ ਜਾਂ ਹੱਥ ਚੱਕੇ ਜਾਂਦੇ ਨੇ ਤਾਂ ਉਹ ਹੱਥ ਅੱਜ ਸਾਨੂੰ ਤੋੜਨੇ ਪੈਣੇ ਨੇ, ਉਹਨਾਂ ਨੂੰ ਅੱਜ ਸਜ਼ਾਵਾਂ ਦੇਣੀਆਂ ਪੈਣੀਆਂ ਨੇ, ਤਾਂ ਜੋ ਨਿਰੋਲ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਕਿਤੇ ਵੀ ਸਿੱਖੀ ਦਾ ਸ਼ਬਦ, ਗੁਰੂ ਦਾ, ਗੁਰਮਤ ਦਾ ਪ੍ਰਚਾਰ ਕਰਦੇ ਹੋਏ ਘਬਰਾਉਣ ਨਾ, ਡਰਨ ਨਾ, ਅਤੇ ਉਹਨਾਂ ਨੂੰ ਵੀ ਭਰੋਸਾ ਹੋਵੇ ਸਿੱਖ ਸੰਗਤ ਉੱਤੇ ਕਿ ਅਗਰ ਅਸੀਂ ਨਿਰੋਲ ਸਿੱਖੀ ਦਾ ਸੱਚਾਈ ਅਤੇ ਇਮਾਨਦਾਰੀ ਦੇ ਨਾਲ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਬੈਠੇ ਹਾਂ ਤਾਂ ਸਾਰੀ ਸਿੱਖ ਸੰਗਤ ਸਾਡੇ ਨਾਲ ਹੈ, ਅਤੇ ਸਾਡੇ ਉੱਤੇ ਜਾਂ ਸਾਡੀ ਦਸਤਾਰ ਉੱਤੇ ਕੋਈ ਕਦੇ ਹੱਥ ਪਾ ਹੀ ਨਹੀਂ ਸਕਦਾ। ਜੇ ਵਿਚਾਰ ਚੰਗੇ ਲੱਗੇ ਹੋਣ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।